ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅਮਨਦੀਪ ਕੌਰ ਹਾਜ਼ਰ ਹਾਂ ਜੀ ਤੁਹਾਡੀ ਬੀ ਏ ਸੈਕਿੰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ। ਬੀ ਏ ਸੈਕਿੰਡ ਈਅਰ ਦੀ ਸਾਡੀ ਇਸ ਸਾਲ ਦੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੋਈ ਹੈ ਜੀ ਮਨਪਾਲ ਦੀ ਚੋਣਵੀਂ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ। ਸੋ ਇਸ ਕਾਵਿ ਸੰਗ੍ਰਹਿ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਹਾਸ਼ਿਮ ਸ਼ਾਹ ਜੀ। ਇਸ ਦੇ ਵਿੱਚ ਕਈ ਕਵੀ ਜਿਹੜੇ ਆ ਉਹ ਅਸੀਂ ਪਹਿਲਾਂ ਕਰ ਚੁੱਕੇ ਹਾਂ ਅਤੇ ਹੁਣ ਅਸੀਂ ਸ਼ੁਰੂਆਤ ਕੀਤੀ ਹੋਈ ਹੈ ਹਾਸ਼ਿਮ ਸ਼ਾਹ ਦੀ। ਕਿੱਸਾਕਾਰ ਹਾਸ਼ਿਮ ਸ਼ਾਹ ਜਿਹੜੇ ਹਨ ਉਹਨਾਂ ਦੀ ਇਹਨਾਂ ਨੂੰ ਸੂਫੀ ਜਿਹੜਾ ਕਵੀ ਆ ਉਹ ਮੰਨਿਆ ਜਾਂਦਾ ਹੈ। ਸੋ ਇਹਨਾਂ ਦੇ ਜਿਹੜੇ ਲਿਖੇ ਹੋਏ ਤੋੜੇ ਹਨ ਉਹ ਅਸੀਂ ਸਾਡੀ ਪਿਛਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ। 10 ਤੋੜੇ ਇਹਨਾਂ ਦੇ ਅਲੱਗ ਅਲੱਗ ਵਿਸ਼ਿਆਂ ਦੇ ਨਾਲ ਸੰਬੰਧਿਤ ਜਿਹੜੇ ਹਨ ਉਹ ਸਾਨੂੰ ਦੱਸੇ ਹਨ, ਜਿਸ ਵਿੱਚ ਉਹਨਾਂ ਨੇ ਨਾਚਵਾਨਤਾ ਵੀ ਲਿਆ ਹੈ, ਜਿਹੜਾ ਹੈ ਮਿੱਤਰਤਾ ਵੀ ਲਿਆ ਹੈ, ਉਸ ਤੋਂ ਬਾਅਦ ਜਿਹੜਾ ਹੈ ਰਸ ਜਿਹੜਾ ਹੈ ਜਿਸ ਨੂੰ ਕਿ ਦੁੱਖਾਂ ਦਾ ਮੂਲ ਕਾਰਨ ਮੰਨਿਆ ਹੈ, ਉਸ ਤੋਂ ਬਾਅਦ ਇਸ਼ਕ ਦੀ ਗੱਲ ਕੀਤੀ ਹੈ, ਵਿਰਹੋਂ ਦੀ ਗੱਲ ਕੀਤੀ ਹੈ। ਸੋ ਅਲੱਗ ਅਲੱਗ ਵਿਸ਼ੇ ਜਿਹੜੇ ਹਨ ਇਹਨਾਂ ਨੇ ਆਪਣੇ ਦੋਹਿਆਂ ਦੇ ਵਿੱਚ ਛੋਹੇ ਹਨ, ਜੋ ਕਿ ਅਸੀਂ ਸਾਡੀ ਪਿਛਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਇਹਨਾਂ ਦੇ ਦੋਹਿਆਂ ਤੋਂ ਬਾਅਦ ਅਗਲੀ ਜਿਹੜੀ ਰਚਨਾ ਹੈ ਉਹ ਇਹਨਾਂ ਦੀ ਹੈ ਜੀ ਟਿਊਡ, ਇੱਕ ਛੋਟੀ ਜਿਹੀ ਰਚਨਾ ਜਿਹੜੀ ਕਿ ਟਿਊਡ ਜਿਹੜੀ ਹੈ ਉਹ ਸਾਡੇ ਸਿਲੇਬਸ ਵਿੱਚ ਦਰਜ ਕੀਤੀ ਗਈ ਹੈ। ਸੋ ਅਸੀਂ ਅੱਜ ਕਰਨ ਜਾ ਰਹੇ ਹਾਂ ਇਹਨਾਂ ਦੀ ਰਚਨਾ ਟਿਊਡ, ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਜੀ ਇਹਨਾਂ ਦਾ ਲਿਖਿਆ ਹੋਇਆ ਕਿੱਸਾ ਸਤਸੀ ਪੁੰਨੂਰ। ਠੀਕ ਹੈ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੀ ਕਲਾਸ ਦੀ ਇਹਨਾਂ ਦੀ ਰਚਨਾ ਟਿਊਡ ਤੋਂ। ਟਿਊਡ ਜਿਹੜੀ ਹੈ ਇੱਕ ਛੋਟੀ ਜਿਹੀ ਰਚਨਾ ਹੈ ਜਿਸ ਦੇ ਵਿੱਚ ਜਿਹੜਾ ਕਵੀ ਆ ਉਹ ਕਹਿ ਰਿਹਾ ਹੈ, ਕਹਿੰਦੇ ਕਾਮਲ ਸ਼ੌਂਕ ਮਾਹੀ ਦਾ, ਕਾਮਲ ਸ਼ੌਂਕ ਮਾਹੀ ਦਾ ਮੈਨੂੰ ਨਿੱਤ ਰਹੇ ਜਿਗਰ ਵਿੱਚ ਵਸਦਾ ਲੂ ਲੂ ਰਸਦਾ, ਕਾਮਲ ਸ਼ੌਂਕ ਮਾਹੀ ਦਾ ਮੈਨੂੰ ਨਿੱਤ ਰਹੇ ਜਿਗਰ ਵਿੱਚ ਵਸਦਾ ਲੂ ਲੂ ਰਸਦਾ, ਰਾਂਝਣ ਪਿੱਪੜ ਵਾਹੀ ਕਰਦਾ ਅਤੇ ਕੋਈ ਗੁਨਾਹ ਨਾ ਦੱਸਦਾ ਉੱਠ ਉੱਠ ਨੱਸਦਾ, ਕਹਿੰਦੇ ਜਿਉ ਜਿਉ ਹਾਲ ਸੁਣਾਵਾਂ ਰੋਵਾਂ ਵੇਖ ਤੱਤੀ ਵੱਲ ਹੱਸਦਾ ਜਰਾ ਨਾ ਖਸਦਾ, ਸੋ ਹਾਸ਼ਮ ਕੰਮ ਨਹੀਂ ਹਰ ਕਸਦਾ ਅਤੇ ਆਸ਼ਿਕ ਹੋਰ ਦਰਸਦਾ ਬਿਰਹੋਂ ਰਸਦਾ। ਸੋ ਪ੍ਰਸੰਗ ਤੋਂ ਸ਼ੁਰੂ ਕਰਾਂਗੇ ਜੀ, ਇਹ ਕਾਮੋਟਾ ਹਾਸ਼ਮ ਸ਼ਾਹ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਹੈ ਡਿਊਰ ਦੇ ਵਿੱਚੋਂ ਲਿਆ ਗਿਆ ਹੈ, ਜੋ ਕਿ ਸਾਡੀ ਮੱਧਕਾਲ ਦੀ ਚੋਣਵੀਂ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਕੀਤਾ ਗਿਆ ਹੈ। ਇਸ ਵਿੱਚ ਕਵੀ ਨੇ ਆਪਣੇ ਸੱਜਣ ਦੇ ਪ੍ਰੇਮ ਦੀ ਪ੍ਰਾਪਤੀ ਦੇ ਜਿਹੜਾ ਇਸ ਵਿੱਚ ਕਵੀ ਹੈ ਉਹ ਆਪਣੇ ਪਰਮਾਤਮਾ ਰੂਪੀ ਸੱਜਣ ਦੀ ਜਿਹੜੀ ਪ੍ਰਾਪਤੀ ਹੈ ਉਸ ਦਾ ਚਾਹਵਾਨ ਹੈ, ਉਸ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਪਰ ਜਿਹੜਾ ਆਸ਼ਿਕ ਰੂਪ ਹੈ ਆਸ਼ਿਕ ਰੂਪ ਦੇ ਵਿੱਚ ਉਸਦੀ ਜੋ ਤੜਫ ਹੈ ਉਸ ਨੂੰ ਵੀ ਸਾਡਾ ਕਵੀ ਜਿਹੜਾ ਹੈ ਉਸਨੇ ਸਾਡੇ ਸਾਹਮਣੇ ਬਿਆਨ ਕੀਤਾ ਹੈ। ਸੋ ਕਵੀ ਕਹਿ ਰਿਹਾ ਹੈ ਇਸਤਰੀ ਰੂਪ ਦੇ ਵਿੱਚ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਹੈ, ਇਸਤਰੀ ਰੂਪ ਦੇ ਵਿੱਚ ਹਾਸ਼ਿਮ ਸ਼ਾਹ ਜੀ ਕਹਿ ਰਹੇ ਹਨ ਕਿ ਮੇਰੇ ਜਿਗਰ ਵਿੱਚ ਮੇਰੇ ਪ੍ਰੀਤਮ ਦੇ ਪਿਆਰ ਦਾ ਜਿਹੜਾ ਸ਼ੌਂਕ ਹੈ, ਪੂਰੇ ਦਾ ਪੂਰਾ ਜਿਹੜਾ ਸ਼ੌਂਕ ਹੈ ਉਹ ਮੇਰੇ ਦਿਲ ਦੇ ਵਿੱਚ ਵਸ ਰਿਹਾ ਹੈ। ਕਹਿੰਦੇ ਉਹ ਸ਼ੌਂਕ ਇਹ ਜਿਹੜਾ ਮੇਰੀ ਪਿਆਰੇ ਪ੍ਰੀਤਮ ਦੇ ਪਿਆਰ ਦਾ ਜਿਹੜਾ ਇਹ ਸ਼ੌਂਕ ਹੈ ਉਹ ਹਰ ਵੇਲੇ ਮੇਰੇ ਦਿਲ ਦੇ ਵਿੱਚ ਜਿਹੜਾ ਹੈ ਉਹ ਵਸਦਾ ਰਹਿੰਦਾ ਹੈ। ਕਹਿੰਦੇ ਇਹ ਸ਼ੌਂਕ ਤਾਂ ਹੁਣ ਮੇਰੇ ਰੋਮ ਰੋਮ ਦੇ ਵਿੱਚ ਲੂ ਲੂ ਦੇ ਵਿੱਚ ਰੋਮ ਰੋਮ ਦੇ ਵਿੱਚ ਰਚਿਆ ਪਿਆ ਹੈ। ਸੋ ਕਹਿੰਦੇ ਪਰ ਮੇਰਾ ਜਿਹੜਾ ਪ੍ਰੀਤਮ ਪਿਆਰਾ ਹੈ, ਮੇਰਾ ਪ੍ਰੀਤਮ ਮੇਰਾ ਰਾਜਨ ਜਿਹੜਾ ਯਾਰ ਹੈ ਉਹ ਮੇਰੇ ਵੱਲੋਂ ਬੇਪਰਵਾਹੀ ਕਰ ਰਿਹਾ ਹੈ। ਸੋ ਕਹਿੰਦੇ ਉਹ ਮੇਰੇ ਨਾਲ ਬੇਪਰਵਾਹੀਆਂ ਵਰਤਦਾ ਹੈ, ਬੇਪਰਵਾਹੀ ਕਰਦਾ ਹੈ ਅਤੇ ਇਸ ਬੇਪਰਵਾਹੀ ਦਾ ਕੋਈ ਵੀ ਕਾਰਨ ਜਿਹੜਾ ਉਹ ਮੈਨੂੰ ਨਹੀਂ ਦੱਸਦਾ। ਮੇਰਾ ਜੋ ਵੀ ਗੁਨਾਹ ਹੈ ਉਹ ਕਿਉਂ ਉਹ ਮੇਰੇ ਨਾਲ ਇਹ ਬੇਪਰਵਾਹੀ ਕਰਦਾ ਹੈ, ਕਹਿੰਦੇ ਉਹ ਅਜਿਹਾ ਕੋਈ ਵੀ ਗੁਨਾਹ ਜਿਹੜਾ ਹੈ ਉਹ ਮੈਨੂੰ ਨਹੀਂ ਦੱਸਦਾ ਅਤੇ ਕਹਿੰਦੇ ਉਹ ਮੇਰੇ ਕੋਲੋਂ ਉੱਠ ਉੱਠ ਕੇ ਦੂਰ ਜਿਹੜਾ ਹੈ ਨੱਸਣ ਦੀ ਕੋਸ਼ਿਸ਼ ਕਰਦਾ, ਉੱਠ ਉੱਠ ਮੇਰੇ ਕੋਲੋਂ ਦੂਰ ਨੱਸਦਾ ਹੈ ਅਤੇ ਕਹਿੰਦੇ ਇਸ ਤਰ੍ਹਾਂ ਮੈਨੂੰ ਆਪਣੇ ਵਿਛੋੜੇ ਦੇ ਨਾਲ ਹੋਰ ਵੀ ਦੁਖੀ ਜਿਹੜਾ ਹੈ ਉਹ ਕਰ ਰਿਹਾ ਹੈ। ਉਹ ਮੇਰੇ ਕੋਲੋਂ ਉੱਠ ਉੱਠ ਕੇ ਦੂਰ ਨੱਸਦਾ ਹੈ ਅਤੇ ਮੈਨੂੰ ਆਪਣੇ ਵਿਛੋੜੇ ਦੇ ਵਿੱਚ ਹੋਰ ਵੀ ਦੁਖੀ ਕਰਦਾ ਹੈ। ਕਹਿੰਦੇ ਜਿਉਂ ਜਿਉਂ ਮੈਂ ਉਸਨੂੰ ਆਪਣੀ ਦੁੱਖ ਭਰੀ ਹਾਲਤ ਉਹਦੇ ਸਾਹਮਣੇ ਬਿਆਨ ਕਰਦੀ ਹਾਂ ਅਤੇ ਮੈਂ ਜਿਹੜਾ ਰੋਂਦੀ ਵੀ ਹਾਂ ਇਸ ਦੁੱਖ ਭਰੀ ਹਾਲਤ ਦੇ ਕਾਰਨ, ਮੈਂ ਜਿਉਂ ਜਿਉਂ ਉਸਨੂੰ ਆਪਣੇ ਵਿਛੋੜੇ ਬਾਰੇ ਆਪਣੀ ਦੁੱਖ ਭਰੀ ਹਾਲਤ ਬਾਰੇ ਦੱਸਦੀ ਹਾਂ ਰੋਂਦੀ ਹਾਂ ਤਾਂ ਉਹ ਮੇਰੇ ਨਾਲ ਕੋਈ ਵੀ ਹਮਦਰਦੀ ਭਰਿਆ ਜਿਹੜਾ ਵਿਚਾਰ ਹੈ ਨਹੀਂ ਕਰਦਾ, ਮੇਰੇ ਨਾਲ ਕੋਈ ਵੀ ਹਮਦਰਦੀ ਭਰੀ ਗੱਲ ਜਿਹੜੀ ਹੈ ਨਹੀਂ ਕਰਦਾ, ਬਜਾਏ ਇਸ ਦੇ ਕਿ ਕਹਿੰਦੇ ਉਹ ਮੇਰੇ ਨਾਲ ਕੋਈ ਹਮਦਰਦੀ ਕਰੇ ਉਹ ਮੈਨੂੰ ਬਦਕਿਸਮਤ ਨੂੰ ਦੇਖ ਦੇਖ ਕੇ ਹੱਸਦਾ ਹੈ, ਮੇਰੇ ਵੱਲ ਦੇਖ ਦੇਖ ਹੱਸਦਾ ਹੈ ਅਤੇ ਆ ਜਿਹੜਾ ਹੈ ਮੇਰੇ ਪ੍ਰਤੀ ਉਸਦਾ ਜਿਹੜਾ ਰਵੱਈਆ ਹੈ ਉਸਦਾ ਜਿਹੜਾ ਵਿਵਹਾਰ ਹੈ ਉਹ ਵੀ ਰੁੱਖਾ ਹੈ,
ਰੁੱਖੇ ਰਵੱਈਏ ਦਾ ਜਿਹੜਾ ਹੈ ਰੁੱਖਾ ਰਵੱਈਆ ਉਸਨੇ ਮੇਰੇ ਪ੍ਰਤੀ ਧਾਰਨ ਕੀਤਾ ਹੋਇਆ ਹੈ ਅਤੇ ਆਪਣੇ ਇਸ ਵਿਵਹਾਰ ਦੇ ਵਿੱਚ ਆਪਣੇ ਕਹਿੰਦੇ ਇਸ ਰੁੱਖੇ ਰਵੱਈਏ ਵਿੱਚ ਕੋਈ ਵੀ ਢਿੱਲ ਨਹੀਂ ਆਉਣ ਦਿੰਦਾ। ਮੇਰੇ ਵੱਲ ਦੇਖ ਕੇ ਹੱਸਦਾ ਹੈ ਅਤੇ ਰੁੱਖਾ ਰਵੱਈਆ ਉਸਨੇ ਮੇਰੇ ਪ੍ਰਤੀ ਧਾਰਨ ਕੀਤਾ ਹੋਇਆ ਹੈ ਅਤੇ ਇਸ ਰੁੱਖੇ ਰਵੱਈਏ ਵਿੱਚੋਂ ਕੋਈ ਵੀ ਢਿੱਲ ਜਿਹੜੀ ਹੈ ਨਹੀਂ ਕਰਦਾ। ਕਹਿੰਦੇ ਅਸਲ ਦੇ ਵਿੱਚ ਹਾਸ਼ਮ ਕੰਮ ਨਹੀਂ ਹਰ ਕਸਦਾ, ਕਹਿੰਦੇ ਅਤੇ ਆਸ਼ਿਕ ਹੋਣ ਦਰਸਦਾ ਬਿਰਖੋਂ ਰਸਦਾ। ਅਸਲ ਦੇ ਵਿੱਚ ਕਹਿੰਦੇ ਇਸ਼ਕ ਕਮਾਉਣਾ ਸਿਰਫ ਪ੍ਰੀਤਮ ਦੇ ਦਰਸ਼ਨ ਕਰਨ ਦੀ ਚਾਹ ਰੱਖਣੀ, ਕਹਿੰਦੇ ਅਤੇ ਬਿਰਖੋਂ ਦਾ ਸਵਾਦ ਚੱਖਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ। ਸੋ ਜਿਹੜਾ ਕਵੀ ਹੈ ਉਹ ਕਹਿ ਰਿਹਾ ਕਿ ਇਸ਼ਕ ਨੂੰ ਕਮਾਉਣਾ ਅਤੇ ਉਸ ਦੇ ਵਿੱਚ ਜਿਹੜਾ ਦ੍ਰਿੜ ਰਹਿਣਾ ਅਤੇ ਪ੍ਰਭ ਜਿਹੜਾ ਹੈ ਸਿਰਫ ਅਤੇ ਸਿਰਫ ਪ੍ਰੀਤਮ ਦੇ ਦਰਸ਼ਨ ਦੀ ਚਾਹ ਰੱਖਣੀ ਅਤੇ ਬਿਰਹੋਂ ਦਾ ਵਿਛੋੜੇ ਦਾ ਬਿਰਹੋਂ ਦਾ ਸਵਾਦ ਚੱਖਣਾ ਹਰ ਕਿਸੇ ਦੇ ਵੱਸ ਦਾ ਜਿਹੜਾ ਕੰਮ ਨਹੀਂ ਹੈ। ਸੋ ਇਹ ਸੀਗੀ ਜੀ ਹਾਸ਼ਮ ਸ਼ਾਹ ਜੀ ਲਿਖੀ ਹੋਈ ਟਿਊਡ ਰਚਨਾ, ਜੋ ਕਿ ਬਹੁਤ ਚੰਗੀ ਜੀ ਰਚਨਾ ਸੀ। ਉਸ ਤੋਂ ਬਾਅਦ ਹੁਣ ਜਿਹੜਾ ਹੈ ਅਸੀਂ ਅੱਗੇ ਜਿਹੜਾ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਹਾਸ਼ਮ ਸ਼ਾਹ ਜੀ ਦੇ ਲਿਖਿਆ ਹੋਇਆ ਕਿੱਸਾ ਸੱਸੀ ਪੁੰਨੂ ਦੀ। ਸੋ ਇਹ ਸੀਗੀ ਟਿਊਡ। ਸੋ ਇਸਦਾ ਜਿਹੜਾ ਇਸਦਾ ਅਰਥ ਕੇਂਦਰੀ ਭਾਵ ਦੇ ਸਾਥ ਤੁਸੀਂ ਆਪਣੀ ਕਾਪੀ ਵਿੱਚ ਨੋਟ ਲਿਖੋ ਕਰਕੇ ਲਿਖੋਗੇ। ਇਹ ਕੇਂਦਰੀ ਭਾਵ ਸਿਰਫ ਇੰਨਾ ਕੀ ਹੈ ਕਿ ਇਸ਼ਕ ਕਮਾਉਣਾ ਪ੍ਰੀਤਮ ਦੇ ਦਰਸ਼ਨ ਦੀ ਚਾਹ ਰੱਖਣੀ ਅਤੇ ਬਿਰਹੋ ਦੇ ਵਿੱਚ ਜਿਹੜਾ ਤੜਫਣਾ ਇੱਕ ਬਹੁਤ ਹੀ ਜਿਹੜਾ ਹੈ ਦੁੱਖਦਾਇਕ ਹੈ ਅਤੇ ਇਸ ਨੂੰ ਹਰ ਕੋਈ ਜਿਹੜਾ ਹੈ ਉਹ ਕਮਾ ਨਹੀਂ ਸਕਦਾ। ਸੋ ਜਿਹੜਾ ਕੇਂਦਰੀ ਭਾਵ ਇਸਦਾ ਅਤੇ ਸਾਰ ਨੂੰ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ, ਪ੍ਰਸੰਗ ਵਿਆਖਿਆ ਕਰਵਾ ਦਿੱਤੀ ਹੈ ਜੋ ਕਿ ਤੁਸੀਂ ਆਪਣੀ ਕਾਪੀਆਂ ਦੇ ਵਿੱਚ ਨੋਟ ਕਰਕੇ ਰੱਖੋਗੇ। ਸੋ ਹੁਣ ਆਪਾਂ ਅੱਗੇ ਵੱਧਦੇ ਹਾਂ ਜੀ ਹਾਸ਼ਮ ਸ਼ਾਹ ਜੀ ਦਾ ਲਿਖਿਆ ਹੋਇਆ ਕਿੱਸਾ ਸੱਸੀ ਪੁੰਨੂ। ਸੋ ਸੱਸੀ ਪੁੰਨੂ ਜਿਹੜਾ ਹੈ ਇਸ ਕਿੱਸੇ ਦੇ ਵਿੱਚ ਜਿਹੜਾ ਸਾਡੀ ਜੋ ਇਹ ਸਾਡੀ ਬੁੱਕ ਹੈ ਇਸਦੇ ਵਿੱਚ ਕੁਛ ਭਾਗ ਜਿਹੜਾ ਹੈ ਉਹ ਸੱਸੀ ਪੁੰਨੂ ਦੇ ਕਿੱਸੇ ਦਾ ਦਰਜ ਕੀਤਾ ਗਿਆ ਹੈ। ਕੁਛ ਘਟਨਾਵਾਂ ਦਾ ਵਰਣਨ ਜਿਹੜਾ ਹੈ ਕਵੀ ਨੇ ਇਸ ਕਿੱਸੇ ਦੇ ਵਿੱਚ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ ਸੱਸੀ ਜਿਹੜੀ ਹੈ ਉਸਦੇ ਦੁਆਰਾ ਜਿਹੜਾ ਪੁੰਨੂ ਦੀ ਤਸਵੀਰ ਦੇਖ ਕੇ ਗਨੀ ਨਾਮ ਦਾ ਇੱਕ ਜਿਹੜਾ ਹੈ ਸੌਦਾਗਰ ਹੈ ਉਸਦਾ ਪੁੱਤਰ ਹੈ। ਗਨੀ ਜਿਹੜਾ ਹੈ ਉਹ ਇੱਕ ਸੌਦਾਗਰ ਦਾ ਪੁੱਤਰ ਗਨੀ ਹੈ ਜੋ ਕਿ ਬਹੁਤ ਜ਼ਿਆਦਾ ਸੁੰਦਰ ਤਸਵੀਰਾਂ ਬਣਾਉਂਦਾ ਹੈ ਅਤੇ ਉਹ ਆਪਣੀਆਂ ਤਸਵੀਰਾਂ ਜਿਹੜੀਆਂ ਹਨ ਉਸਨੂੰ ਬਾਗ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰਦਰਸ਼ਨੀ ਲਾਉਂਦਾ ਹੈ ਅਤੇ ਇਸ ਜਿਹੜੀ ਜਿਹੜੀ ਸ਼ੋਕ ਹੈ ਸੂਹ ਸੀ ਜਿਹੜੀ ਉਹ ਸੱਸੀ ਨਾਲ ਨੂੰ ਪੈਂਦੀ ਹੈ। ਸੱਸੀ ਜਿਹੜੀ ਹੈ ਉਸ ਦੀਆਂ ਤਸਵੀਰਾਂ ਨੂੰ ਦੇਖਣ ਦੇ ਲਈ ਆਉਂਦੀ ਹੈ ਅਤੇ ਉੱਥੇ ਉਹ ਪੁੰਨੂ ਦੀ ਜਿਹੜੀ ਬਹੁਤ ਸੁੰਦਰ ਤਸਵੀਰ ਦੇਖ ਕੇ ਉਸਦੇ ਉੱਤੇ ਮਾਂ ਮੋਹਿਤ ਹੋ ਜਾਂਦੀ ਹੈ ਅਤੇ ਉਸ ਜਿਹੜਾ ਜਿਸਨੇ ਇਹਨਾਂ ਨੂੰ ਬਣਾਇਆ ਹੈ ਉਸ ਤੋਂ ਪੁੰਨੂ ਦੇ ਬਾਰੇ ਪੁੱਛਦੀ ਹੈ ਅਤੇ ਇਸ ਤਰ੍ਹਾਂ ਜਿਹੜਾ ਹੈ ਪੁੰਨੂ ਨੂੰ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਜਿਹੜੇ ਤਰੀਕੇ ਆ ਉਹ ਬਣਾਉਂਦੀ ਹੈ। ਸੋ ਕੁਛ ਜਿਹੜੀਆਂ ਗੱਲਾਂ ਹਨ ਇਸ ਕਿੱਸੇ ਦੀਆਂ ਜਿਹੜੀਆਂ ਸਾਡੇ ਇਸ ਬੁੱਕ ਦੇ ਵਿੱਚ ਦਰਜ ਕੀਤੀਆਂ ਗਈਆਂ ਹਨ। ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਜਿਹੜਾ ਅੱਜ ਸਾਡਾ ਕਿੱਸਾ ਹੈ ਸੱਸੀ ਪੁੰਨੂ। ਸੋ ਸੱਸੀ ਪੁੰਨੂ ਜਿਹੜਾ ਹੈ ਕਿੱਸਾ ਹੈ ਹਾਸ਼ਮ ਸ਼ਾਹ ਜੀ ਦਾ ਲਿਖਿਆ ਹੋਇਆ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਿਹੜਾ ਕਿੱਸਾ ਹੈ, ਬਹੁਤ ਪ੍ਰਸਿੱਧ ਵੀ ਜਿਹੜਾ ਹੈ ਹਾਸ਼ਮ ਸ਼ਾਹ ਦੀ ਜਿਹੜੀ ਸੱਸੀ ਪੁੰਨੂ ਹੈ ਉਹ ਹੋਈ ਹੈ। ਸੋ ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਇਸ ਕਿੱਸੇ ਦੀ ਸੱਸੀ ਪੁੰਨੂ ਦੀ। ਸੋ ਕਵੀ ਕਹਿ ਰਿਹਾ ਹੈ ਕਹਿੰਦੇ ਸ਼ਹਿਰ ਕੰਬੋਰ ਸ਼ਹਿਰ ਕੰਬੋਰ ਸੌਦਾਗਰ ਜ਼ਿਆਦਾ ਸ਼ਹਿਰ ਕੰਬੋਰ ਸੌਦਾਗਰ ਜ਼ਿਆਦਾ ਗਨੀਆਂ ਨਾਮ ਸਦਾ ਰੇ ਸਾਹਿਬ ਸ਼ੌਂਕ ਸਾਹਿਬ ਸ਼ੌਂਕ ਇਮਾਰਤ ਤਾਜ਼ਾ ਕਹਿੰਦੇ ਬਾਗ ਹਮੇਸ਼ਾ ਲਵ ਆਵੇ ਇਸ ਵਿੱਚ ਹਰ ਇੱਕ ਸ਼ਾਹ ਮਲਕ ਦੀ ਕਰ ਤਸਵੀਰ ਲਿਖਾਵੇ ਹਾਸ਼ਮ ਹਰ ਇੱਕ ਆਪ ਮੁਸਫ਼ਰ ਕਹਿੰਦੇ ਹਾਸ਼ਮ ਹਰ ਇੱਕ ਆਪ ਮੁਸਫ਼ਰ ਕਹਿੰਦੇ ਜ਼ਿਬਰਾਇਲ ਕਹਾਵੇ। ਸੋ ਜਿਹੜਾ ਹੈ ਸੌਦਾਗਰ ਜਿਹੜਾ ਹੈ ਉਹ ਬਾਦ ਦਾ ਪੁੱਤਰ ਹੈ ਸਾਹਿਬ ਸਾਹਿਬ ਸ਼ੌਂਕ ਸ਼ੌਂਕ ਰੱਖਣ ਵਾਲਾ ਪ੍ਰੇਮੀ ਕਿਹਾ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸ਼ਾਹ ਮਲਕ ਮਲਕ ਮਤਲਬ ਬਾਦਸ਼ਾਹ ਉਸ ਤੋਂ ਬਾਅਦ ਮੁਸਫ਼ਰ ਮੁਸਫ਼ਰ ਮਤਲਬ ਚਿੱਤਰਕਾਰ ਉਸ ਤੋਂ ਬਾਅਦ ਜ਼ਿਬਰਾਇਲ ਰੱਬ ਦੇ ਸੁਨੇਹੇ ਹਜ਼ਰਤ ਮੁਹੰਮਦ ਸਾਹਿਬ ਤੱਕ ਪਹੁੰਚਾਉਣ ਵਾਲਾ ਜਿਹੜਾ ਫਰਿਸ਼ਤਾ ਹੈ ਇਸਨੂੰ ਕਿਹਾ ਗਿਆ ਹੈ। ਸੋ ਆਪਾਂ ਪਹਿਲਾਂ ਪ੍ਰਸੰਗ ਕਰਾਂਗੇ ਜੀ ਇਹ ਕਾਵਿਤਾ ਹਾਸ਼ਮ ਸ਼ਾਹ ਜੀ ਦਾ ਲਿਖਿਆ ਹੋਇਆ ਕਿੱਸਾ ਸੱਸੀ ਪੁੰਨੂ ਦੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਿੱਸੇ ਦੇ ਕੁਝ ਜਿਹੜੇ ਅੰਸ਼ ਹਨ ਉਹ ਸਾਡੀ ਮੱਧਕਾਲ ਦੀ ਚੋਣਵੀਂ ਪੰਜਾਬੀ ਕਵਿਤਾ ਜਿਹੜੀ ਕਾਵਿ ਸੰਗ੍ਰਹਿ ਹੈ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਵਿੱਚ ਜਿਹੜਾ ਹੈ ਸੱਸੀ ਪੁੰਨੂ ਦੇ ਚਿੱਤਰਦਾਰ ਦਾ ਸੱਸੀ
ਸੱਸੀ ਅਤੇ ਪੁੰਨੂ ਦੇ ਜਿਹੜੀ ਪ੍ਰੇਮ ਕਹਾਣੀ ਉਸਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਵਿੱਚੋਂ ਜਿਹੜਾ ਸੱਸੀ ਦਾ ਪੁੰਨੂ ਦਾ ਚਿੱਤਰ ਵੇਖ ਕੇ ਉਸਦੇ ਉੱਤੇ ਮੋਹਿਤ ਹੋ ਜਾਣਾ, ਉਸਦੇ ਵਿਛੋੜੇ ਵਿੱਚ ਤੜਫਣਾ ਤੇ ਉਸ ਦੀ ਪ੍ਰਾਪਤੀ ਦੇ ਲਈ ਵੱਖ ਵੱਖ ਤਰੀਕੇ ਅਪਣਾਉਣਾ, ਫਿਰ ਪੁੰਨੂ ਦੀ ਪ੍ਰਾਪਤੀ ਕਰਨਾ, ਦੋਨਾਂ ਦਾ ਇਸ਼ਟ ਜਿਹੜਾ ਹੈ ਉਸਦੀ ਸ਼ੁਰੂਆਤ ਹੋਣੀ, ਇਹ ਸਭ ਘਟਨਾਵਾਂ ਜਿਹੜੀਆਂ ਹਨ ਸ਼ਾਮਿਲ ਕੀਤੀਆਂ ਗਈਆਂ ਹਨ। ਸੋ ਇਸ ਪੈਰੇ ਦੇ ਵਿੱਚ ਜਿਹੜਾ ਹੈ ਸਿਰਫ ਤੇ ਸਿਰਫ ਜਿਹੜਾ ਗਨੀ ਨਾਮ ਦਾ ਚਿੱਤਰਕਾਰ ਹੈ ਉਸਦੇ ਸੰਬੰਧੀ ਹੀ ਜਾਣਕਾਰੀ ਸਾਨੂੰ ਦਿੱਤੀ ਗਈ ਹੈ। ਕਹਿੰਦੇ ਸ਼ਹਿਰ ਭੋਰ ਸੁਦਾਗਰ ਜਾਦਾ ਗਨੀਆ ਨਾਮ ਸੌਦਾਵੇ। ਕਵੀ ਕਹਿੰਦਾ ਹੈ ਭੋਰ ਸ਼ਹਿਰ ਦੇ ਵਿੱਚ ਇੱਕ ਸੌਦਾਗਰ ਦਾ ਪੁੱਤਰ ਰਹਿੰਦਾ ਸੀ ਜਿਸਦਾ ਨਾਮ ਗਨੀ ਸੀ। ਭੋਰ ਸ਼ਹਿਰ ਦੇ ਵਿੱਚ ਇੱਕ ਸੌਦਾਗਰ ਦਾ ਜਿਹੜਾ ਪੁੱਤਰ ਹੈ ਉਹ ਰਹਿੰਦਾ ਹੈ ਜਿਸਦਾ ਨਾਮ ਗਨੀ ਹੈ। ਉਸ ਨੂੰ ਸ਼ੌਂਕ ਕੀ ਹੈ? ਨਵੀਆਂ ਨਵੀਆਂ ਇਮਾਰਤਾਂ ਬਣਾਉਣ ਦਾ, ਉਹਨਾਂ ਦੇ ਵਿੱਚ ਬਾਗ ਲਗਾਉਣ ਦਾ, ਤੇ ਫਿਰ ਉਹਨਾਂ ਜਿਹੜਾ ਹੈ ਉਹਨਾਂ ਬਾਗਾਂ ਦੇ ਵਿੱਚ ਕਹਿੰਦੇ ਹਰ ਮੁਲਕ ਦੇ ਬਾਦਸ਼ਾਹ ਦੀ ਤਸਵੀਰ ਜਿਹੜੀ ਹੈ ਬਣਾ ਕੇ ਰੱਖਣ ਦਾ ਜਿਹੜਾ ਸ਼ੌਂਕ ਹੈ ਉਸਦੇ ਅੰਦਰ ਬਹੁਤ ਜ਼ਿਆਦਾ ਸੀ। ਸੋ ਇਸ ਸ਼ੌਂਕ ਦੀ ਪ੍ਰਾਪਤੀ ਦੇ ਲਈ ਉਸਦੇ ਚਿੱਤਰਾਂ ਨੂੰ ਬਣਾਉਣ ਵਾਲਾ ਹਰ ਇੱਕ ਚਿੱਤਰਕਾਰ ਜੋ ਵੀ ਉਸਦੇ ਚਿੱਤਰ ਬਣਾਉਂਦਾ ਸੀ, ਕਹਿੰਦੇ ਉਸਦੇ ਚਿੱਤਰਾਂ ਨੂੰ ਬਣਾਉਣ ਵਾਲਾ ਹਰ ਇੱਕ ਚਿੱਤਰਕਾਰ ਉਸਦੇ ਲਈ ਉਸ ਜ਼ਿਬਰਾਈਲ ਫਰਿਸ਼ਤੇ ਵਰਗਾ ਸੀ ਜੋ ਕਿ ਉੱਚੀ ਪਦਵੀ ਤੇ ਵਿਰਾਜਮਾਨ ਸੀ, ਉੱਚੀ ਪਦਵੀ ਰਖਾਉਣ ਵਾਲਾ ਸੀ। ਜੋ ਵੀ ਜਿਹੜਾ ਉਹ ਗਨੀ ਨਾਮ ਦਾ ਜਿਹੜਾ ਸੌਦਾਗਰ ਦਾ ਪੁੱਤਰ ਹੈ ਜਿਸਦਾ ਸ਼ੌਂਕ ਹੈ ਵੱਡੀਆਂ ਵੱਡੀਆਂ ਇਮਾਰਤਾਂ ਬਣਾਉਣਾ, ਉਹਨਾਂ ਇਮਾਰਤਾਂ ਦੇ ਵਿੱਚ ਬਾਗ ਲਗਵਾਉਣਾ, ਫਿਰ ਉਹਨਾਂ ਦੇ ਬਾਗਾਂ ਦੇ ਵਿੱਚ ਜਿਹੜਾ ਹੈ ਅਲੱਗ ਅਲੱਗ ਬਾਦਸ਼ਾਹਾਂ ਦੇਸ਼ ਦੇ ਬਾਦਸ਼ਾਹ ਸ਼ਹਿਜ਼ਾਦੇ ਜਿਹੜੇ ਹਨ ਉਹਨਾਂ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਹਨ ਚਿੱਤਰਕਾਰਾਂ ਤੋਂ ਬਣਵਾ ਕੇ ਲਗਾਉਣਾ, ਅਤੇ ਉਸਦਾ ਜਿਹੜਾ ਹਰ ਇੱਕ ਚਿੱਤਰਕਾਰ ਸੀ ਉਸਦੇ ਲਈ ਜਿਹੜਾ ਬਹੁਤ ਜ਼ਿਆਦਾ ਉੱਚੀ ਪਦਵੀ ਰੱਖਣ ਵਾਲਾ ਹੁੰਦਾ ਸੀ। ਸੋ ਅੱਗੇ ਚੱਲਦੇ ਹਾਂ। ਕਹਿੰਦੇ ਸੁਣ ਤਾਰੀਫ, ਸੁਣ ਸੱਸੀ ਸੁਣੇ ਤਾਰੀਫ ਹਮੇਸ਼ਾ, ਸੱਸੀ ਸੁਣੇ ਤਾਰੀਫ ਹਮੇਸ਼ਾ। ਕਹਿੰਦੇ ਲਾਇਕ ਮੁਸ਼ਕ ਖੁਦੂਨ ਦੀ, ਸੱਸੀ ਸੁਣੇ ਤਾਰੀਫ ਹਮੇਸ਼ਾ, ਲਾਇਕ ਮੁਸ਼ਕ ਖਤੂਨ ਦੀ। ਇੱਕ ਦਿਨ ਨਾਲ ਸਈਆਂ ਉੱਠ ਦੌੜੀ, ਖਾਤਰ ਸ਼ੈਲ ਚਮਨ ਦੀ, ਡਿੱਠਾ ਨਕਸ਼ ਨਿਹਾਰ ਖਲੋ ਕੇ, ਸੂਰਤ ਸੀਮ ਬਦਨ ਦੀ, ਹਾਸ਼ਮ ਵੇਖ ਹੋਈ ਦਿਲ ਕਾਇਲ, ਵਾਂਗੂ ਕੋ ਸ਼ਿਕਨ ਦੀ। ਸੋ ਜਿਹੜੀ ਹੁਣ ਸੱਸੀ ਹੈ ਕਹਿੰਦੇ ਉਹ ਜਿਹੜਿਆ ਉਸਨੇ ਇਸ ਬਾਗ ਦੇ ਚਿੱਤਰਕਾਰ ਦੇ ਬਾਰੇ ਬਹੁਤ ਕੁਝ ਸੁਣਿਆ ਸੀ ਅਤੇ ਉਹ ਇਸ ਨੂੰ ਦੇਖਣ ਦੇ ਲਈ ਜਾਂਦੀ ਹੈ ਅਤੇ ਉੱਥੇ ਫਿਰ ਜੋ ਘਟਨਾ ਵਾਪਰਦੀ ਹੈ ਉਸਦਾ ਵਰਣਨ ਕਵੀ ਨੇ ਇਸ ਪੈਰ 'ਚ ਕੀਤਾ ਹੈ। ਸੋ ਜਿਹੜਾ ਕਵੀ ਹੈ ਉਹ ਕਹਿੰਦਾ ਹੈ ਕਿ ਸੱਸੀ ਜਿਹੜੀ ਹੈ ਉਸਨੇ ਹਮੇਸ਼ਾ ਹੀ ਗਨੀ ਦੇ ਇਸ ਬਾਗ ਦੀ ਕਸਤੂਰੀ ਦੀ ਮਹਿਕ ਵਰਗੀ ਪ੍ਰਸੰਸਾ ਨੂੰ ਹਮੇਸ਼ਾ ਹੀ ਸੁਣਿਆ ਹੋਇਆ ਸੀ। ਕਸਤੂਰੀ ਦੀ ਮਹਿਕ ਜਿਹੜੀ ਹੈ ਉਸ ਵਰਗੀ, ਕਹਿੰਦੇ ਉਸ ਦੀ ਜਿਹੜੀ ਤਾਰੀਫ ਹੈ ਉਸ ਨੂੰ ਹਮੇਸ਼ਾ ਹੀ ਸੁਣਿਆ ਹੋਇਆ ਸੀ। ਅਤੇ ਇੱਕ ਦਿਨ ਕੀ ਹੋਇਆ, ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਇਹਨਾਂ ਬਾਗਾਂ ਦੀ ਸੈਰ ਕਰਨ ਦੇ ਲਈ ਚੱਲ ਪਈ। ਸੋ ਕਹਿੰਦੇ ਡਿੱਠਾ ਨਕਸ਼ ਨਿਹਾਰ ਖਲੋ ਕੇ, ਸੂਰਤ ਸੀਮ ਬਦਨ ਦੀ। ਜਦੋਂ ਉੱਥੇ ਜਿਹੜੀ ਹੈ ਬਾਗ ਦੇ ਵਿੱਚ ਪਹੁੰਚਦੀ ਹੈ ਤਾਂ ਉਸਨੇ ਸਾਰੇ ਹੀ ਚਿੱਤਰਕਾਰੀ ਨੂੰ ਖੜੀ ਹੋ ਕੇ ਦੇਖਿਆ ਤੇ ਨਾਲ ਹੀ ਚਾਂਦੀ ਵਰਗੇ ਗੋਰੇ ਸਰੀਰ ਦੀ ਇੱਕ ਸੂਰਤ ਵੀ ਵੇਖੀ। ਕਹਿੰਦੇ ਹਾਸ਼ਮ ਵੇਖ ਹੋਈ ਦਿਲ ਕਾਇਲ, ਵਾਂਗੂ ਕੋ ਸ਼ਿਕਨ ਦੀ। ਸੋ ਉਸਨੂੰ ਵੇਖ ਕੇ ਨਾਲ ਦੀ ਨਾਲ ਹੀ ਸੱਸੀ ਜਿਹੜੀ ਸੀ ਉਸ ਸ਼ਕਲ ਦੇ ਉੱਤੇ, ਉਸ ਜਿਹੜੀ ਸੂਰਤ ਸੀ ਉਸਦੇ ਉੱਤੇ ਮੋਹਿਤ ਹੋ ਗਈ ਤੇ ਉਸਦਾ ਦਿਲ ਜਿਹੜਾ ਸੀ ਉਹ ਫਰਹਾਦ ਵਾਂਗ ਕਾਇਲ ਹੋ ਗਿਆ ਸੀ। ਸੋ ਅੱਗੇ ਚੱਲ ਰਿਹਾ। ਕਹਿੰਦੇ ਸੱਸੀ ਕਿਹਾ ਬੁਲਾਏ ਮੁਜ਼ਫਰ, ਮੁਜ਼ਫਰ ਮਤਲਬ ਹੈ ਦੱਸਿਆ ਸੀ ਮੁਜ਼ਫਰ ਚਿੱਤਰਕਾਰ। ਸੱਸੀ ਕਿਹਾ ਬੁਲਾਏ ਮੁਜ਼ਫਰ, ਸ਼ਾਬਾ ਸ਼ਬੀਰ ਪੜਾਓ, ਜਿਸ ਸੂਰਤ ਦੀ ਮੂਰਤ ਕੀਤੀ ਮੈਨੂੰ ਆਖ ਸੁਣਾਓ, ਕਿਹੜਾ ਸ਼ਹਿਰ ਕੌਣ ਸ਼ਹਿਜ਼ਾਦਾ ਠੀਕ ਪਤਾ ਦੱਸ ਜਾਓ। ਹਾਸ਼ਮ ਫੇਰ ਸੱਸੀ ਹੱਥ ਜੋੜੇ, ਥਾਂ ਮਕਾਨ ਬਤਾਓ। ਸੋ ਜਿਹੜਾ ਹੈ ਸੱਸੀ ਜਿਹੜੀ ਹੈ ਜਦੋਂ ਪੁੰਨੂ ਦੀ ਤਸਵੀਰ ਦੇਖ ਕੇ ਉਸਦੇ ਮੋਹਿਤ ਹੋ ਜਾਂਦੀ ਹੈ ਤਾਂ ਉਹ ਚਿੱਤਰਕਾਰਾਂ ਨੂੰ ਸੱਦ ਕੇ ਉਸ ਤੋਂ ਉਸ ਜਿਹੜੀ ਸ਼ਕਲ ਦੇ ਚਿੱਤਰਕਾਰ ਜਿਹੜਾ ਹੈ ਉਸ ਦੀ ਜਿਹੜੀ ਮਤਲਬ ਥਾਂ ਟਿਕਾਣਾ ਜਿਹੜਾ ਹੈ ਉਸ ਤਸਵੀਰ ਦਾ ਜਿਹੜਾ ਹੈ ਉਹ ਪੁੱਛਣਾ ਚਾਹੁੰਦੀ ਹੈ। ਸੋ ਕਿਤੇ ਪੁੰਨੂ ਦੀ ਤਸਵੀਰ ਨੂੰ ਵੇਖਦਿਆਂ ਸਾਰ ਹੀ ਸੱਸੀ ਜਿਹੜੀ
ਉਸਨੇ ਸਾਰੇ ਦੇ ਸਾਰੇ ਚਿੱਤਰਕਾਰਾਂ ਨੂੰ ਸੱਦਾ ਦੇ ਕੇ ਬੁਲਾਇਆ ਤੇ ਉਹਨਾਂ ਦੀ ਇਹਨਾਂ ਖੂਬਸੂਰਤ ਤਸਵੀਰਾਂ ਨੂੰ ਬਣਾਉਣ ਦੇ ਲਈ ਬਹੁਤ ਜ਼ਿਆਦਾ ਤਾਰੀਫ ਵੀ ਕੀਤੀ ਤੇ ਇਹਨਾਂ ਸੁੰਦਰ ਚਿੱਤਰਾਂ ਨੂੰ ਬਣਾਉਣ ਬਦਲੇ ਸ਼ਾਬਾਸ਼ੇ ਦਿੱਤੀ ਹੈ ਤੇ ਕਹਿੰਦੀ ਹੈ ਕਿ ਵੀਰ ਭਰਾਵੋ ਤੁਹਾਡੀ ਜਿਹੜੀ ਕਿ ਤੁਹਾਡੇ ਬਹੁਤ ਸ਼ਾਬਾਸ਼ੇ ਹੈ ਜਿਹਨਾਂ ਨੇ ਇੰਨੀਆਂ ਖੂਬਸੂਰਤ ਤਸਵੀਰਾਂ ਬਣਾਈਆਂ ਹਨ ਤੁਸੀਂ ਜਿਸ ਨੌਜਵਾਨ ਦੀ ਸੂਰਤ ਦੇਖ ਕੇ ਕਹਿੰਦੇ ਉਹ ਜਿਹੜੀ ਤਸਵੀਰ ਤੁਸੀਂ ਜਿਹੜੀ ਬਣਾਈ ਹੈ ਉਸ ਨੌਜਵਾਨ ਦੀ ਸੂਰਤ ਦੇਖ ਕੇ ਉਹ ਕਹਿੰਦੀ ਹੈ ਕਿ ਇਹ ਤਸਵੀਰ ਜੋ ਤੁਸੀਂ ਬਣਾਈ ਹੈ ਮੈਨੂੰ ਇਸ ਬਾਰੇ ਪਤਾ ਦੱਸ ਦੇਵੋ ਕਿ ਇਹ ਤਸਵੀਰ ਜਿਹੜੀ ਹੈ ਇਸ ਦਾ ਇਸ ਜਿਹੜੀ ਕਿਸ ਸ਼ਹਿਜਾਦੇ ਦੀ ਹੈ ਇਹ ਕੌਣ ਸ਼ਹਿਜਾਦਾ ਹੈ ਕਿਸ ਸ਼ਹਿਰ ਦਾ ਰਹਿਣ ਵਾਲਾ ਹੈ ਇਸ ਦੇ ਬਾਰੇ ਠੀਕ ਠੀਕ ਤੁਸੀਂ ਮੈਨੂੰ ਦੱਸ ਕੇ ਜਾਓ ਹਾਸ਼ਮ ਕਹਿੰਦਾ ਹੈ ਕਿ ਸੱਸੀ ਜਿਹੜੀ ਹੈ ਮੁੜ ਮੁੜ ਕੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਮਿੰਨਤਾਂ ਕਰ ਰਹੀ ਸੀ ਕਿ ਉਹ ਇਸ ਸੁੰਦਰ ਸਰੀਰ ਵਾਲੇ ਸ਼ਹਿਜਾਦੇ ਦਾ ਥਾਂ ਟਿਕਾਣਾ ਸੁੰਦਰ ਸੂਰਤ ਜਿਹੜੀ ਹੈ ਉਸ ਨੂੰ ਦੇਖ ਕੇ ਕਹਿੰਦੇ ਇਸ ਸੁੰਦਰ ਸੂਰਤ ਵਾਲੇ ਸ਼ਹਿਜਾਦੇ ਦਾ ਥਾਂ ਟਿਕਾਣਾ ਜਿਹੜਾ ਹੈ ਉਹ ਮੈਨੂੰ ਜ਼ਰੂਰ ਦੱਸ ਕੇ ਜਾਵੋ ਸੋ ਸੱਸੀ ਜਿਹੜੀ ਹੈ ਹੁਣ ਜਿਹੜੀ ਪੁੰਨੂ ਦੀ ਤਸਵੀਰ ਜਿਹੜੀ ਦੇਖ ਕੇ ਉਸਦੇ ਮੋਹਿਤ ਹੋ ਚੁੱਕੀ ਹੈ ਤੇ ਪੁੰਨੂ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਚਿੱਤਰਕਾਰਾਂ ਤੋਂ ਪ੍ਰਾਪਤ ਕਰਨਾ ਚਾਹੁੰਦੀ ਹੈ ਸੋ ਅੱਗੇ ਚੱਲਦੇ ਹਾਂ ਕਹਿੰਦੇ ਕੇਚਮ ਸ਼ਹਿਰ ਵਿਲਾਇਤ ਥਲ ਦੀ ਕੇਸ਼ਮ ਸ਼ਹਿਰ ਵਿਲਾਇਤ ਥਲ ਦੀ ਖੋਦ ਅਲੀ ਦੀ ਸਵਾਲੀ ਕਹਿੰਦੇ ਤਿਸ ਦਾ ਪੁੱਤ ਪੁੰਨੂ ਸ਼ਹਿਜਾਦਾ ਐਬ ਸਵਾਬੋ ਖਾਲੀ ਕਹਿੰਦੇ ਸੂਰਤ ਉਸ ਹਿਸਾਬੋ ਬਾਹਰ ਸਿਫਤ ਖੁਦਾਏ ਖੁਦਾ ਵੰਦ ਵਾਲੀ ਹਾਸ਼ਮ ਅਰਜ਼ ਕੀਤਾ ਉਸਤਾਦਾ ਚਿੰਨਗ ਕੱਖਾਂ ਵਿੱਚ ਡਾਲੀ ਸੋ ਜਿਹੜਾ ਹੁਣ ਪੁੰਨੂ ਦੇ ਬਾਰੇ ਜਾਣਕਾਰੀ ਜਿਹੜੀ ਹੈ ਚਿੱਤਰਕਾਰ ਜਿਹੜੇ ਹਨ ਉਹ ਸੱਸੀ ਨੂੰ ਦੇ ਰਹੇ ਹਨ ਕਹਿੰਦੇ ਚਿੱਤਰਕਾਰਾਂ ਨੇ ਸੱਸੀ ਨੂੰ ਦੱਸਿਆ ਕਿ ਮਾਰੂਥਲ ਦੇ ਪ੍ਰਦੇਸ਼ ਵਿੱਚ ਕੇਚਮ ਨਾਮ ਦਾ ਇੱਕ ਸ਼ਹਿਰ ਹੈ ਮਾਰੂਥਲ ਦੇ ਪ੍ਰਦੇਸ਼ ਦੇ ਵਿੱਚ ਕੇਚਮ ਨਾਮ ਦਾ ਇੱਕ ਸ਼ਹਿਰ ਹੈ ਜਿਸ ਦਾ ਬਾਦਸ਼ਾਹ ਜਿਹੜਾ ਹੈ ਉਹ ਬਹੁਤ ਅਲੀ ਹੈ ਤੇ ਇਹ ਉਸ ਦਾ ਪੁੱਤਰ ਜਿਹੜਾ ਹੈ ਸ਼ਹਿਜਾਦਾ ਪੁੰਨੂ ਹੈ ਕਹਿੰਦੇ ਉਹ ਇਹ ਜਿਹੜਾ ਸ਼ਹਿਜਾਦਾ ਪੁੰਨੂ ਹੈ ਪਾਪ ਅਤੇ ਪੁੰਨ ਤੋਂ ਬਹੁਤ ਜ਼ਿਆਦਾ ਉੱਚਾ ਹੈ ਉਸ ਦੀ ਖੂਬਸੂਰਤੀ ਜਿਹੜੀ ਹੈ ਉਸ ਦੀ ਕੋਈ ਵੀ ਹਿਸਾਬ ਕਿਤਾਬ ਹੀ ਨਹੀਂ ਹੈ ਉਸਦੀ ਖੂਬਸੂਰਤੀ ਹਿਸਾਬ ਕਿਤਾਬ ਤੋਂ ਬਾਹਰ ਹੈ ਉਸਦੀਆਂ ਸਿਫਤਾਂ ਜਿਹੜੀਆਂ ਹਨ ਰੱਬ ਵਰਗੀਆਂ ਹਨ ਉਸਦੀ ਖੂਬਸੂਰਤੀ ਜਿਹੜੀ ਹੈ ਉਹ ਤਾਂ ਕਹਿੰਦੇ ਹਿਸਾਬ ਬੇਹਿਸਾਬ ਹੈ ਉਸਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਲਿਖਿਆ ਉਸਦੀਆਂ ਸਿਫਤਾਂ ਵੀ ਰੱਬ ਵਰਗੀਆਂ ਹੀ ਹਨ ਉਸ ਜਿਹੜੇ ਕਹਿੰਦੇ ਉਸਤਾਦ ਹਨ ਚਿੱਤਰਕਾਰ ਕਹਿੰਦੇ ਚਿੱਤਰਕਾਰ ਵੀ ਇਹ ਗੱਲ ਚਿੱਤਰਕਾਰਾਂ ਦੁਆਰਾ ਇਹ ਗੱਲ ਸੁਣ ਕੇ ਸੱਸੀ ਦੇ ਦਿਲ ਦੇ ਉੱਪਰ ਇੰਝ ਅਸਰ ਹੋਇਆ ਜਿਸ ਤਰ੍ਹਾਂ ਕਿਸੇ ਨੇ ਕੱਖਾਂ ਦੇ ਵਿੱਚ ਚੰਗਿਆੜੀ ਜਿਹੜੀ ਹੈ ਉਹ ਸੁੱਟ ਦਿੱਤੀ ਹੋਵੇ ਭਾਵ ਜਿਹੜੀ ਸੱਸੀ ਜੋ ਕਿ ਪਹਿਲਾਂ ਹੀ ਪੁੰਨੂ ਦੇ ਇਸ਼ਕ ਦੇ ਵਿੱਚ ਕਾਇਲ ਹੋ ਚੁੱਕੀ ਸੀ ਉਸ ਦੇ ਇਸ਼ਕ ਦੀ ਹਵਾ ਹੈ ਉਸ ਨੂੰ ਹੋਰ ਵੀ ਜ਼ਿਆਦਾ ਜਿਹੜਾ ਹੈ ਇਹਨਾਂ ਲੋਕਾਂ ਨੇ ਵਖਾ ਦਿੱਤਾ ਸੀ ਉਸਦੀ ਅੱਗ ਜਿਹੜੀ ਹੈ ਉਹ ਇਸ਼ਕ ਦੀ ਅੱਗ ਜਿਹੜੀ ਸੀ ਉਹ ਹੋਰ ਵੀ ਜ਼ਿਆਦਾ ਵੱਧ ਚੁੱਕੀ ਸੀ ਜਿਹੜੀ ਸੀ ਇਸ ਤਰ੍ਹਾਂ ਦੀ ਹਾਲਤ ਸੀ ਜਿਵੇਂ ਕਿਸੇ ਨੇ ਕੱਖਾਂ ਦੇ ਵਿੱਚ ਚੰਗਿਆ ਜਿਹੜੀ ਹੈ ਉਹ ਸੁੱਟ ਦਿੱਤੀ ਹੋਵੇ ਸੋ ਉਸ ਤੋਂ ਬਾਅਦ ਕਹਿੰਦੇ ਹੋ ਦਿਲ ਕਾਇਲ ਨਾਲ ਸਈਆਂ ਦੇ ਫਿਰ ਸੱਸੀ ਕਰ ਆਈ ਹੋ ਦਿਲ ਕਾਇਲ ਨਾਲ ਸਈਆਂ ਦੇ ਫਿਰ ਸੱਸੀ ਕਰ ਆਈ ਨੀਂਦਰ ਕੁੱਕੂ ਜਲੇਖਾ ਵਾਂਗੂ ਪਹਿਲੇ ਰੋਜ਼ ਗਵਾਏ ਵੇਖ ਅਹਿਵਾਲ ਹੋਈ ਹੋਈ ਦਰਮਾਂਦੀ ਭੇਦ ਕੁਛ ਕੁਛ ਆਵਸ ਮਾਈ ਹਾਸ਼ਮ ਕੁੱਠੀ ਬਾਜੋ ਦਸ ਤਲਵਾਰੋਂ ਹਾਸ਼ਮ ਕੁੱਠੀ ਬਾਜ ਤਲਵਾਰੋਂ ਜਾਲਮ ਇਸ਼ਕ ਕਸਾਈ ਸੋ ਜਿਹੜੀ ਸੱਸੀ ਦੀ ਹਾਲਤ ਹੈ ਉਸਦਾ ਬਿਆਨ ਜਿਹੜਾ ਕਹਿੰਦਾ ਕਵੀ ਕਹਿੰਦਾ ਹੈ ਕਿ ਚਿੱਤਰਕਾਰਾਂ ਕੋਲੋਂ ਪੁੰਨੂ ਸੰਬੰਧੀ ਜਾਣ ਕੇ ਸੱਸੀ ਦਾ ਦਿਲ ਜਿਹੜਾ ਸੀ ਉਸਦੇ ਇਸ਼ਕ ਦੇ ਵਿੱਚ ਇੰਨਾ ਜ਼ਿਆਦਾ ਵਿੰਨਿਆ ਗਿਆ ਕਿ ਉਹ ਆਪਣੇ ਘਰ ਆ ਗਈ ਉਹਤੇ ਉਹ ਬਹੁਤ ਹੀ ਜ਼ਿਆਦਾ ਬੇਚੈਨ ਹੋ ਗਈ ਸੀ ਯੂਸਫ ਦੇ ਪ੍ਰੇਮ ਦੇ ਵਿੱਚ ਭਿੱਜੀ ਹੋਈ ਜੁਲੇਖਾ ਵਾਂਗ ਪਹਿਲੇ ਦਿਨ ਹੀ ਉਸਦੀ ਨੀਂਦ ਭੁੱਖ ਸਭ ਉੱਡ ਗਈ ਸੀ ਉਸਦਾ ਹਾਲ ਦੇਖ ਕੇ ਉਸਦੀ ਮਾਂ ਉਸ ਤੋਂ ਅਸਲ ਗੱਲ ਪੁੱਛਣ ਲੱਗਦੀ ਹੈ ਸੋ ਰਾਸ਼ਮ ਸ਼ਾਹ ਕਹਿੰਦਾ ਹੈ ਕਿ ਸੱਸੀ ਨੂੰ ਜ਼ਾਲਮ ਇਸ਼ਕ ਕਸਾਈ ਨੇ ਬਿਨਾਂ ਤਲਵਾਰੋਂ ਵੀ ਕੋ ਕੇ ਰੱਖ ਦਿੱਤਾ ਸੀ ਮਾਰ ਕੇ ਰੱਖ ਦਿੱਤਾ ਸੀ ਸੋ ਅੱਗੇ ਚੱਲਦੇ ਹਾਂ ਕਹਿੰਦੇ ਦਿਲ ਵਿੱਚ ਸੋਜ ਫਿਰਾਕ ਪੁੰਨੂ ਦਾ ਦਿਲ ਵਿੱਚ ਸੋਜ ਫਿਰਾਕ ਪੁੰਨੂ ਦਾ ਰੋਜ਼ ਅਲੰਬਾ ਵਾਲੇ ਬਿਰਹੋਂ ਮੂਲ ਆਰਾਮ ਨਾ ਦਿੰਦਾ ਵਾਂਗ ਚਿਖਾ ਨੇ ਤਜਾਲੇ ਆਤਿਸ਼ ਆਪ ਆਪੇ ਪਟਿਆਰਾ ਆਪੇ ਜਲੇ ਜਿੰਦਿਤ ਜਾਲੇ
ਕਹਿੰਦੇ ਹਾਸ਼ਮ ਫੇਰ ਕਿਹਾ ਸੁਖ ਸੋਵਣ ਜਿਤ ਪੀਤੇ ਪ੍ਰੇਮ ਪਿਆਲੇ। ਸੋ ਜਿਹੜਾ ਹੈ ਸੱਸੀ ਦੀ ਗੁਰੂ ਦੇ ਫਿਰ ਉਹਦੇ ਵਿੱਚ ਵਿਛੋੜੇ ਵਿੱਚ ਜੋ ਹਾਲਤ ਹੈ ਉਸਦਾ ਬਿਆਨ ਕਵੀ ਨੇ ਕੀਤਾ ਹੈ ਕਿ ਸੱਸੀ ਦੇ ਜਿਹੜਾ ਦਿਲ ਸੀ, ਸੱਸੀ ਦੇ ਦਿਲ ਵਿੱਚ ਪੁੰਨੂ ਦੇ ਵਿਛੋੜੇ ਦਾ ਦਰਦ ਜਿਹੜਾ ਸੀ ਉਹ ਹਰ ਰੋਜ਼ ਅੱਗ ਦੇ ਭਾਂਬੜਾਂ ਦੀ ਤਰ੍ਹਾਂ ਜਿਹੜਾ ਸੀ ਮਚਣਾ ਸ਼ੁਰੂ ਹੋ ਗਿਆ ਸੀ। ਕਹਿੰਦੇ ਉਸਦੇ ਵਿਯੋਗ ਦੇ ਵਿੱਚ ਉੱਕਾ ਹੀ ਉਸਨੂੰ ਆਰਾਮ ਜਿਹੜਾ ਸੀ ਉਹਨੂੰ ਪ੍ਰਾਪਤ ਨਹੀਂ ਹੋ ਰਿਹਾ ਸੀ ਤੇ ਉਹ ਹਰ ਵੇਲੇ ਉਹਦਾ ਜਿਹੜਾ ਸਰੀਰ ਸੀ ਉਹ ਚਿਖਾ ਵਾਂਗ ਸੜਦਾ ਸੀ। ਸੋ ਕਹਿੰਦੇ ਉਹ ਆਪਣੇ ਆਪ ਨੂੰ ਆਪੇ ਹੀ ਆਪਣੇ ਆਪ ਨੂੰ ਪਠਿਆਰਨ ਜਿਹੜਾ ਸੀ ਉਸਨੇ ਬਣਾ ਲਿਆ ਸੀ। ਉਹ ਪਠਿਆਰਨ ਵੀ ਹੁਣ ਆਪੇ ਆਪ ਬਣ ਚੁੱਕੀ ਸੀ ਤੇ ਆਪਣੇ ਆਪ ਨੂੰ ਹਰ ਰੋਜ਼ ਹੀ ਸਾੜ ਰਹੀ ਸੀ। ਸੋ ਕਵੀ ਕਹਿੰਦਾ ਹੈ ਕਿ ਜਦ ਇਸ ਕਈ ਪ੍ਰੇਮ ਪਿਆਲਾ ਪੀ ਲੈਂਦਾ ਹੈ ਤਾਂ ਉਸਦੀ ਸੁੱਖ ਨੀਂਦ ਆਰਾਮ ਸਭ ਕੁਛ ਹਰਾਮ ਹੋ ਜਾਂਦਾ ਹੈ। ਸੋ ਅੱਗੇ ਚੱਲਦੇ ਹਾਂ। ਕਹਿੰਦੇ ਦੇ ਦਿਲ ਟਾਲ ਸੱਸੀ ਕਰ ਦਾਨਸ ਇੱਕ ਤਰਕੀਬ ਬਣਾਈ, ਪੱਤਣ ਕਾਟ ਲਏ ਸਭ ਪਿਓਥੀ ਚੌਂਕੀ ਜਾਏ ਮਿਠਾਈ, ਪਾਂਦੀ ਰਾਹ ਮੁਸਾਫਿਰ ਜੋ ਕੋਈ ਆਵੇ ਆਵੇ ਇਸ ਨਿਵਾਹੀ, ਹਾਸ਼ਮ ਪਾਰ ਉਡਾਰ ਨਾ ਜਾਵੇ ਮੈਂ ਬਿਨ ਖਬਰ ਪਹੁੰਚਾਈ। ਸੋ ਸੱਸੀ ਜਿਹੜੀ ਹੈ ਹੁਣ ਜਿਹੜੀ ਹੈ ਉਸਨੇ ਪੁੰਨ ਨੂੰ ਪ੍ਰਾਪਤ ਕਰਨ ਦੇ ਲਈ ਜਿਹੜਾ ਹੈ ਅਲੱਗ ਅਲੱਗ ਤਰਕੀਬਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਰ ਉਸਨੇ ਹੁਣ ਇੱਕ ਜਿਹੜੀ ਯੁਗਤ ਹੈ ਇੱਕ ਤਰਕੀਬ ਬਣਾ ਲਈ ਹੈ ਕਿ ਉਹ ਕਿਸ ਰਾਹ ਤੋਂ ਜਿਹੜੀ ਹੈ ਪ੍ਰਾਪਤ ਕਰ ਸਕਦੀ ਹੈ। ਸੋ ਇਸ ਤਰਕੀਬ ਦੇ ਲਈ ਜਿਹੜਾ ਸੱਸੀ ਹੈ ਉਸਨੇ ਆਪਣੇ ਪਿਤਾ ਜਿਹੜਾ ਹੈ ਆਪਣੇ ਪਿਤਾ ਤੋਂ ਸਾਰੇ ਦੇ ਸਾਰੇ ਆਪਣੇ ਸੂਝਬੂਝ ਤੋਂ ਕੰਮ ਲੈ ਕੇ ਪੁੰਨ ਦੀ ਪ੍ਰਾਪਤੀ ਦੇ ਲਈ ਇੱਕ ਜਿਹੜਾ ਤਰੀਕਾ ਹੈ ਕੱਢਿਆ ਹੈ। ਆਪਣੇ ਬਾਪ ਤੋਂ ਸਾਰੇ ਦੇ ਸਾਰੇ ਪੱਤਣ ਜਿਹੜੇ ਕਾਰਡ ਉਸਨੇ ਹੁਣ ਆਪ ਲੈ ਲਏ ਹਨ ਤੇ ਉਹਨਾਂ ਉੱਤੇ ਆਪਣੀਆਂ ਚੌਂਕੀਆਂ ਬਿਠਾ ਦਿੱਤੀਆਂ ਹਨ ਤੇ ਪਹਿਰੇਦਾਰਾਂ ਨੂੰ ਹੁਕਮ ਦੇ ਦਿੱਤਾ ਹੈ ਕਿ ਜੇਕਰ ਇਸ ਪਾਸੇ ਵੱਲੋਂ ਕੋਈ ਵੀ ਮੁਸਾਫਰ ਆਵੇ ਤਾਂ ਉਹ ਉਸ ਨੂੰ ਭਾਵ ਸੱਸੀ ਨੂੰ ਖਬਰ ਪਹੁੰਚਾਏ ਬਿਨਾਂ ਬਾਹਰ ਨਾ ਜਾਣ ਦਿੱਤਾ ਜਾਵੇ। ਸੋ ਇਸ ਤਰ੍ਹਾਂ ਸੱਸੀ ਜਿਹੜੀ ਉਹ ਨੂੰ ਪ੍ਰਾਪਤੀ ਦਾ ਜਿਹੜਾ ਤਰੀਕੇ ਹਨ ਉਹ ਅਪਣਾ ਰਹੀ ਹੈ। ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਕਰਾਂਗੇ, ਬਾਕੀ ਦਾ ਕਿੱਸਾ ਆਪਾਂ ਆਪਣੀ ਕੱਲ੍ਹ ਦੀ ਕਲਾਸ ਦੇ ਵਿੱਚ ਕਰਾਂਗੇ। ਅੱਜ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ। ਧੰਨਵਾਦ ਜੀ।